सत श्री अकाल जी, आप सब जी का स्वागत है थोड़े अपने YouTube चैनल पॉजिटिव आई पंजाब के उत्ते। जिवें बच्चे थोड़ा पता ही है, TSS वास्ते अलग अलग डोमेन के आप नोट्स तैयार कर रहे हैं, तो जिस हिसाब से तुम पोलिंग की उस हिसाब न मैं नोट्स तैयार कर रहा वन बाय वन। तो अज जी आप नैक्सट डोमेन लॉन्च कर जा रहे हैं, वो बारे मैं थोड़ा थोड़ी जी इंट्रोडक्शन देन जा रहा। ये राजे कॉन्स्टेबल तो सब इंस्पैक्टर दोनों वास्ते सिलेबस सेम रहेगा जी मैं अज डोमेन लॉन्च की है। बाकी कि डोमेन अपने को ऑलरेडी है ने, मैं वो भी थोड़ू लास्ट के दस के जाऊँगा। प्लीज़ तुम अगे भी शेयर कर दौ, तो जेडे जिन्होंने फिल की हुई नोट्स लेने हुए तो वो लै भी सकते हैं। ठीक है, तो स्टार्ट करते हैं बेटे आप। अज जी अज डोमेन हैगी अपने को वायरलैस एंड टैलीकम्युनीकेशन। ठीक है, ये बहुत ही टैक्निकल जहा सबजैक्ट सगा, तो सिलेबस चाहे जरूर मतलब कि घट से, बट ये सिलेबस मिलता नहीं कितों भी। तो लिखने वास्ते टाइम चाहिए, समझने वास्ते, क्योंकि टैक्नोलॉजी बहुत एडवांस होंदियां ने, मैं भी नहीं पढ़िया हुई, पढ़ के ही मैं नोट्स तैयार करने पैंदे है, तो इस करके थोड़ा टाइम लग जाता हूँ। तो ये वायरलैस के राजे जो भी अपना हाईटैक डिजिटल एक्सचेंज वगैरह हो गया, ठीक है जी, थोड़ा NVIS हो गया थोड़ा, ठीक है जी, HF हो गया थोड़ा, ठीक है, जिम्मे एंटीनास के बारे जानकारी होंगी है, कम्युनिकेशन बारे में जानकारी होंगी है, सैटेलाइट के बारे कम्युनिकेशन किस तरह होंगी है, डिजिटल वायरलैस कम्युनिकेशन किस तरह होंगी है। कहने का मतलब हर एक चीज़ मैं कंप्लीट करने की कोशिश की, वो भी बहुत ही मतलब ब्रीक पॉइंट टू पॉइंट की है, ता जो थानू घट मेहनत करके चंगा रिजल्ट मिल सके। हुण इहदे विच जिवें इनक्रिप्शन ते डिक्रिप्शन है, जिवें क्रिप्टोग्राफी है, इहदे में अलग तो भी एक कराई हुई है ये यूट्यूब ते वीडियो, इहदी भी मैं PDF विच अपलोड करती है थोड़ी हैल्प वास्ते, एडवांस लैवल की, जिहड़ा मैं कंप्यूटर मास्टर बैच करवाया है। इस तरह इहदे विच एक VOIP कम्युनिकेशन हुंदा है, वो भी एडवांस लैवल का, मैं अपने कंप्यूटर मास्टर बैच कराया, उहदी PDF भी थानू मैं नाल फ्री इहदे विच ऐड करती है। ਇਹਦੇ ਵਿੱਚ ਤਾਂ ਐਡ ਕੀਤਾ ਹੀ ਕੀਤਾ, ਨਾਲ ਐਕਸਟਰਾ ਵੀ ਐਡ ਕਰਤਾ, ਠੀਕ ਹੈ, ਜਿੰਨੀ ਤੁਹਾਡੀ ਹੈਲਪ ਹੋ ਸਕਦੀ ਹੈ ਮੈਂ ਇਹਦੇ ਵਿੱਚ ਬੈਸਟ ਟੂ ਬੈਸਟ ਕੀਤਾ ਹੈ। ਹੁਣ ਜਿਵੇਂ ਅਗਰ ਮੈਂ ਗੱਲ ਕਰਾਂ ਟੈਟਰਾ ਵਗੈਰਾ, ਤੁਹਾਨੂੰ ਕਿਤੋਂ ਨਹੀਂ ਮਿਲੂਗਾ, ਹੁਣ ਟੈਟਰਾ ਬਾਰੇ ਜਾਣਕਾਰੀ ਹੈ, ਆਪਟੀਕਲ ਫਾਈਬਰ ਕਮਿਊਨੀਕੇਸ਼ਨ ਹੈ, ਉਹਦੇ ਅੰਦਰ ਉਹਦੇ ਕਿਹੜੇ ਕਿਹੜੇ ਉਹਦੀ ਕੋਟਿਡ ਹੁੰਦੀਆਂ ਨੇ, ਕੀ ਉਹਦੀ ਇੰਟਰਨਲ ਸਟਰਕਚਰ ਹੁੰਦੀ ਹੈ, ਮਤਲਬ ਸਭ ਕੁਝ ਇਹਦੇ ਵਿੱਚ ਮੈਂ ਤੁਹਾਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਤਾਂ ਇਸ ਤੋਂ ਇਲਾਵਾ ਤੁਹਾਡੇ CCTV ਕੈਮਰਾ ਸੈਟਅਪ ਹੋ ਗਿਆ, ਠੀਕ ਹੈ, ਇੰਸਟਾਲੇਸ਼ਨ ਕਿਵੇਂ ਕਰਦੇ ਆ, ਸਰਵੀਲੈਂਸ ਕਿਵੇਂ ਹੁੰਦੀ ਹੈ, ਠੀਕ ਹੈ ਜੀ, ਤੇ ਆਪਣਾ ਸੌਫਟਵੇਅਰ ਡਿਫਾਈਨ ਕਰ ਜਿਹੜੇ ਰੇਡੀਓ ਕਮਿਊਨੀਕੇਸ਼ਨ ਨੂੰ, ਆਰਟੀਫੀਸ਼ੀਅਲ ਇੰਟੈਲੀਜੈਂਸ ਹੋ ਗਿਆ। ਤਾਂ ਕਹਿਣ ਦਾ ਭਾਵ ਸਾਰਾ ਸਿਲੇਬਸ ਜਿਹੜਾ ਹੈਗਾ ਬੇਟੇ ਇਹ ਕੰਪਲੀਟ ਕੀਤਾ ਗਿਆ। ਹੁਣ ਮੈਂ ਕੋਰਸ ਬਾਰੇ ਜਾਣਕਾਰੀ ਦੇ ਦਿੰਦਾ, ਕੋਰਸ ਦਾ ਜਿਹੜਾ ਪ੍ਰਾਈਸ ਹੈ ਬਹੁਤ ਹੀ ਰੀਜ਼ਨੇਬਲ ਰੱਖਿਆ ਗਿਆ ਰਾਜੇ, ਬਿਲਕੁਲ ਬਿਲਕੁਲ ਹੀ ਜਾਇਜ਼, ਠੀਕ ਹੈ, ₹500 ਦਾ ਪ੍ਰਾਈਸ ਹੈਗਾ, ਕੰਪਲੀਟ ਥਿਊਰੀ ਨੋਟਸ ਨੇ ਰਾਜੇ ਇਹ, ਠੀਕ ਹੈ, ਮੈਂ ਵਾਰ-ਵਾਰ ਕਹਿਣਾ, ਜਿਹੜਾ ਬੱਚਾ ਥਿਊਰੀ ਪੜੂਗਾ ਬੇਟੇ ਉਹੀ ਪੇਪਰ ਕਲੀਅਰ ਕਰੂਗਾ। ਮੇਰਾ ਪੁਰਾਣਾ ਰਿਕਾਰਡ ਵੀ ਚੈੱਕ ਕਰ ਸਕਦੇ ਹੋ ਸਿਵਲੀਅਨ ਦਾ, ਉਹ 'ਚ ਵੀ ਬੱਚੇ ਸਿਰਫ ਥਿਊਰੀ ਪੜ ਕੇ ਗਏ ਸੀ ਔਰ ਲਗਭਗ 99% ਬੱਚੇ ਆਪਣੇ ਸਿਲੈਕਟਿਡ ਨੇ, ਠੀਕ ਹੈ। ਐਗਜ਼ਾਮਿਨੇਟਿਡ ਕੰਟੈਂਟ ਹੋਊਗਾ ਬੇਟੇ, ਬਟ ਇਸ ਗੱਲ ਦਾ ਧਿਆਨ ਰੱਖਿਓ PDF ਡਾਊਨਲੋਡ ਨਹੀਂ ਹੁੰਦੀ, ਕਿ PDF ਪ੍ਰਿੰਟ ਨਹੀਂ ਹੁੰਦੀ, ਉਹਨਾਂ ਦਾ ਤੁਹਾਨੂੰ ਪਤਾ ਹੀ ਹੈ, ਜਿਹੜੇ ਪੁਰਾਣੇ ਬੱਚੇ ਮੇਰੇ ਨਾਲ ਅਟੈਚ ਨੇ, ਕਿ PDF ਆਪਣੀਆਂ ਲੀਕਸ ਹੁੰਦੀਆਂ ਨੇ, ਸਿਰਫ ਕਿ ਕੰਟੈਂਟ ਨੂੰ ਸਿਕਿਉਰ ਕਰਨ ਵਾਸਤੇ ਐਪ ਲੈ ਕੇ ਆਏ ਸੀ ਆਪਾਂ, ਐਪ ਦੇ ਉੱਪਰ ਤੁਹਾਨੂੰ ਸਭ ਕੁਝ ਮਿਲੂਗਾ, ਆਨਲਾਈਨ ਤੁਸੀਂ ਪੜ੍ਹ ਸਕਦੇ ਹੋ ਆਪਣੇ ਮੋਬਾਈਲ ਦੇ ਉੱਪਰ, ਪਰ ਫਾਉਂਡ ਬਹੁਤ ਵੱਡਾ ਰੱਖਿਆ ਗਿਆ ਤੁਹਾਡੀ ਹੈਲਪ ਵਾਸਤੇ, ਚਿੰਤਾ ਨਾ ਕਰੋ, ਤੁਹਾਡੀ ਨਿਗਾਹ ਨਹੀਂ ਲੱਗੂਗੀ ਬਿਲਕੁਲ ਵੀ। ਤਾਂ ਹੁਣ ਕੋਰਸ ਦੇ ਵਿੱਚ, ਠੀਕ ਹੈ ਜੀ, ਤੁਹਾਨੂੰ ਮੈਂ ਦੱਸਤਾ ਜੀ ਵੈਲਿਡਿਟੀ 6 ਮੰਥ ਦੀ ਹੈ, ਵੈਸੇ ਜ਼ਰੂਰਤ ਹੀ ਨਹੀਂ ਹੈਗੀ, 1 ਮੰਥ ਦੇ ਵਿੱਚ ਇਗਜ਼ਾਮ ਹੋ ਜਾਣਾ ਆਪਣਾ, 24 ਤੋਂ ਸਟਾਰਟ ਨੇ, PDF ਐਪ ਦੇ ਉੱਪਰ ਮਿਲੂਗੀ, ਕੰਟੈਂਟ ਤੁਹਾਨੂੰ ਪਤਾ ਹੈ ਬੈਸਟ ਟੂ ਬੈਸਟ ਹੁੰਦਾ ਆਪਣਾ, ਰੇਟ ਬਿਲਕੁਲ ਜਾਇਜ਼ ਹੈ, ਤੁਹਾਨੂੰ ਸਾਰੀ ਗੱਲ ਜਾਣਕਾਰੀ ਹੈਗੀ ਹੈ। ਰੂਲ ਥੋੜੇ ਜਿਹੇ ਦੇਖੋ ਸਮਝਾ ਦਿੰਦਾ, ਵੇਖੇ ਸਾਰਿਆਂ ਨੂੰ ਪਤਾ ਹੋਊਗਾ ਰਾਜੇ, ਇੱਕ ਤਾਂ ਪ੍ਰਾਈਸ ਘੱਟ ਕਰਨ ਵਾਲਾ ਮੈਸੇਜ ਹੋ ਗਿਆ, ਜਾਂ ਪ੍ਰਿੰਟ ਕਢਾਉਣਾ ਜਾਂ PDF ਲੈਣ ਵਾਲਾ ਮੈਸੇਜ ਦਾ ਰਿਪਲਾਈ ਨਹੀਂ ਮੈਂ ਕਰਦਾ, ਠੀਕ ਹੈ, ਕਿਉਂਕਿ ਬੇਟੇ ਆਲਰੇਡੀ ਸ਼ਡਿਊਲ ਬਹੁਤ ਬਿਜੀ ਹੈ, ਨੋਟਸ ਕਿਤੋਂ ਮਿਲ ਨਹੀਂ ਰਹੇ, ਬੱਚੇ ਵਰੀ ਕਰ ਰਹੇ ਨੇ, ਇਵਨ ਕਿ ਨੌਨ ਟੈਕਨੀਕਲ ਜਿਵੇਂ ਵਿਕਟਿਮ ਸਪੋਰਟ ਹੋ ਗਿਆ, HRM ਵਾਲੇ ਉਹ ਬੱਚੇ ਹੋ ਗਏ, ਉਹ ਵੀ ਮੈਨੂੰ ਹੀ ਕਰ ਰਹੇ ਨੇ ਅਪਰੋਚ, ਠੀਕ ਹੈ, ਬਟ ਮੈਂ ਉਹਨਾਂ ਨੂੰ ਚਲੋ ਸਾਫ ਸਾਫ ਦੱਸਦਾ ਕਿ ਇਹ ਮੇਰੇ ਕੋਲ ਇਹਨਾਂ ਟਾਈਮ ਨਹੀਂ ਹੈਗਾ ਕਿ ਮੈਂ ਸਭ ਕੁਝ ਪੜ੍ਹ ਕੇ ਕਰਵਾਵਾਂ, ਇਹ ਚਲੋ IT ਫੇਰ ਵੀ ਹੁੰਦਾ, ਕੁਝ ਲੈਵਲ ਤੱਕ ਪੜ੍ਹਨਾ ਪੈਂਦਾ, ਕੁਝ ਲੈਵਲ ਦਾ ਆਪਾਂ ਨੂੰ ਆਉਂਦਾ ਹੁੰਦਾ ਹੈ। ਤਾਂ ਅਗਰ ਕੋਰਸ ਦੇ ਕੰਟੈਂਟ ਦੇ ਵਿੱਚ ਕੋਈ ਡਾਊਟ ਹੈ, ਕੋਈ ਚੀਜ਼ ਨਹੀਂ ਸਮਝ ਆ ਰਹੀ, ਟੈਕਨੀਕਲ ਟਰਮ ਨਹੀਂ ਸਮਝ ਆ ਰਹੀ, ਤੁਸੀਂ ਕਦੇ ਵੀ ਮੈਨੂੰ 8427525303 ਤੇ 24/7 ਮੈਸੇਜ ਕਰ ਸਕਦੇ ਹੋ, ਤੁਹਾਨੂੰ 100% ਉਹਦਾ ਜਵਾਬ ਮਿਲੂਗਾ। ਹੁਣ ਕੋਰਸ ਕਿਵੇਂ ਲੈਣਾ ਹੈ, ਕਿਵੇਂ ਖਰੀਦਣਾ ਹੈ, ਕੀ ਕੁਝ ਕਰਨਾ ਰਾਜੇ, ਉਹਦੇ ਰਿਗਾਰਡਿੰਗ ਮੈਂ ਐਕਸਟੈਂਡਡ ਵੀਡੀਓ ਬਣਾਈ ਹੋਈ ਹੈ, ਇਸ ਵੀਡੀਓ ਤੋਂ ਬਾਅਦ ਅਗਲੀ ਮਤਲਬ ਇਹਦੇ ਨਾਲ ਹੀ ਅਗਲਾ ਪਾਰਟ ਇਹਦੇ ਵਿੱਚ ਤੁਹਾਨੂੰ ਮਿਲ ਜੂਗਾ, ਕੋਰਸ ਕਿਵੇਂ ਖਰੀਦਣਾ ਹੈ, ਕਿਵੇਂ ਤੁਸੀਂ ਵੀਡੀਓ ਦੇਖ ਸਕਦੇ ਹੋ, ਕਿਵੇਂ ਸਭ ਕੁਝ ਆਨਲਾਈਨ PDF ਵਗੈਰਾ ਮਿਲੂਗੀ। ਇਸ ਤੋਂ ਇਲਾਵਾ ਰਾਜੇ ਜਰਨਲ ਦੇ ਵਿੱਚ ਅਗਰ ਨੋਟਸ ਲੈਣੇ ਆ ਕੰਪਿਊਟਰ ਦੇ, ਹਰ ਇੱਕ ਪੇਪਰ ਵਾਸਤੇ ਪੰਜਾਬ GK ਦੇ, ਪੰਜਾਬੀ ਵਿਆਕਰਨ ਦੇ, ਉਹ ਵੀ ਮਿਲ ਜਾਣਗੇ, ਬਹੁਤ ਬੈਸਟ ਟੂ ਬੈਸਟ MCQ ਹੈ ਅੰਗਰੇਜ਼ੀ ਪੰਜਾਬੀ ਮੀਡੀਅਮ ਦੇ ਵਿੱਚ, ਉਹ ਤੁਸੀਂ ਲੈਣ ਵਾਸਤੇ ਇਸ ਨੰਬਰ ਤੇ ਮੈਨੂੰ WhatsApp ਕਰ ਸਕਦੇ ਹੋ। ਹੁਣ ਕਿਹੜੀਆਂ ਕਿਹੜੀਆਂ ਹੋਰ ਡੋਮੇਨਸ ਆਪਣੇ ਕੋਲੇ ਹੈਗੀਆਂ ਨੇ ਰਾਜੇ, ਤੁਹਾਨੂੰ ਮੈਂ ਦੱਸ ਦਿੰਦਾ, ਇਸ ਟਾਈਮ ਕਾਫੀ ਹੋ ਗਈਆਂ ਡੋਮੇਨ ਆਪਣੇ ਕੋਲੇ, IT ਸਪੋਰਟ ਹੋ ਗਿਆ ਰਾਜੇ, ਸਾਈਬਰ ਕ੍ਰਾਈਮ ਹੋ ਗਿਆ, ਠੀਕ ਹੈ, ਸਾਈਬਰ ਸਿਕਿਉਰਿਟੀ ਦੇ ਹੋ ਰਹੇ ਆ ਤਿਆਰ, ਠੀਕ ਹੈ, ਨੈਕਸਟ ਸਾਈਬਰ ਸਿਕਿਉਰਿਟੀ ਮਿਲੂਗਾ, ਸਾਈਬਰ ਕ੍ਰਾਈਮ ਹੋ ਗਿਆ, ਡਾਟਾ ਅਨਾਲਿਟਿਕਸ ਹੋ ਗਿਆ, ਠੀਕ ਹੈ, ਡਾਟਾ ਮਾਈਨਿੰਗ ਹੋ ਗਿਆ, ਠੀਕ ਹੈ, ਪ੍ਰੋਗਰਾਮਿੰਗ ਹੋ ਗਈ, ਨੈਟਵਰਕਿੰਗ ਹੋ ਗਈ, ਤਾਂ ਇਹ ਸਾਰਾ ਕੁਝ ਹੈਗਾ ਜੀ ਆਪਣੇ ਕੋਲੇ, ਠੀਕ ਹੈ। ਇਸ ਤੋਂ ਇਲਾਵਾ ਅਗਰ ਮੈਂ ਗੱਲ ਕਰਾਂ ਡਾਟਾ ਅਨਾਲਿਟਿਕਸ ਦਾ, ਮੇਰਾ ਕੋਰਸ ਚੱਲ ਰਿਹਾ ਹੈ, ਵੀਡੀਓ ਕੋਰਸ ਬੈਸਟ ਤੋਂ ਬੈਸਟ ਕੋਰਸ ਹੈ ਰਾਜੇ, ਉਹਦੇ ਵਿੱਚ ਸਭ ਕੁਝ ਮੈਂ ਪ੍ਰੈਕਟੀਕਲੀ ਕਰਾ ਕੇ ਦਿਖਾਇਆ ਹੈ, SQL ਹੋ ਗਿਆ, ਪਾਈਥਨ ਹੋ ਗਿਆ, ਸਭ ਕੁਝ ਉਹਦੇ ਵਿੱਚ ਪ੍ਰੈਕਟੀਕਲ ਕਰਵਾਇਆ, ਠੀਕ ਹੈ ਜੀ।
ਤਾਂ ਤੁਸੀਂ ਕੋਈ ਵੀ ਕੋਰਸ ਅਗਰ ਲੈਣਾ ਹੋਵੇ ਤੁਸੀਂ ਮੈਨੂੰ ਜਸਟ ਮੈਸੇਜ ਕਰਨਾ ਇਸ ਨੰਬਰ ਤੇ, ਤੁਹਾਨੂੰ ਉੱਥੇ ਲਿੰਕ ਪ੍ਰੋਵਾਈਡ ਕੀਤਾ ਜਾਊਗਾ, ਨਾਲ ਵੀਡੀਓ ਪ੍ਰੋਵਾਈਡ ਕੀਤੀ ਜਾਊਗੀ, ਤੁਸੀਂ ਕੋਰਸ ਕਿਵੇਂ ਲੈ ਸਕਦੇ ਹੋ। ਤਾਂ ਪਲੀਜ਼ ਜੇ ਤੁਹਾਨੂੰ ਵਧੀਆ ਲੱਗ ਰਿਹਾ ਕਿ ਸਰ ਮਿਹਨਤ ਕਰ ਰਹੇ ਨੇ, ਤੁਹਾਨੂੰ ਲੱਗ ਰਿਹਾ ਕਿ ਥੋੜੀ ਹੈਲਪ ਹੋ ਰਹੀ ਹੈ, ਪਲੀਜ਼ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ, ਲਾਈਕ ਕਰ ਦਿਓ, ਹੋਰਾਂ ਤੱਕ ਪਹੁੰਚਾ ਦਿਓ, ਤਾਂ ਜੋ ਮੇਰੀ ਵੀ ਹੈਲਪ ਹੋ ਜਾਏ ਔਰ ਉਹਨਾਂ ਬੱਚਿਆਂ ਦੀ ਵੀ ਹੈਲਪ ਹੋ ਜਾਏ ਜਿਨ੍ਹਾਂ ਨੂੰ ਅਜੇ ਤੱਕ ਕੋਈ ਨੋਟਸ ਨਹੀਂ ਮਿਲ ਰਹੇ ਕਿਸੇ ਪਾਸੋਂ। ਤਾਂ ਸ਼ੁਕਰੀਆ, ਧੰਨਵਾਦ ਸਰਬੱਤ ਦਾ ਭਲਾ, ਬਾਬਾ ਮਿਹਰ ਕਰੇ। ਸਤਿ ਸ਼੍ਰੀ ਅਕਾਲ ਜੀ। ਬੇਟਾ ਬਹੁਤ ਸਾਰੇ ਬੱਚਿਆਂ ਨੂੰ ਨਾ ਐਪ ਚਲਾਉਣ ਅਤੇ ਇੰਸਟਾਲ ਕਰਨ ਦੇ ਵਿੱਚ ਪ੍ਰੋਬਲਮ ਆਉਂਦੀ ਹੈ। ਜਦੋਂ ਵੀ ਤੁਸੀਂ ਮੈਨੂੰ ਮੈਸੇਜ ਕਰਦੇ ਹੋ, ਮੈਂ ਤੁਹਾਨੂੰ ਕੀ ਕਰਦਾ, ਇੱਕ ਲਿੰਕ ਸੈਂਡ ਕਰਦਾ ਹੁੰਦਾ। ਆਪਣੀ ਐਪ ਐਪਲ 'ਤੇ ਵੀ ਚੱਲਦੀ ਹੈ, ਐਂਡਰੋਇਡ 'ਤੇ ਵੀ ਚੱਲਦੀ ਹੈ। ਐਪਲ ਵਾਸਤੇ ਤੁਸੀਂ ਐਪ ਸਟੋਰ ਦੇ ਵਿੱਚ ਜਾ ਕੇ ਕਲਾਸ ਪਲੱਸ ਨਾਂ ਦੀ ਐਪਲੀਕੇਸ਼ਨ ਡਾਊਨਲੋਡ ਕਰਨੀ ਹੈ, ਜਾਂ ਫਿਰ ਉਹ ਜਿਹੜਾ ਮੈਂ ਲਿੰਕ ਦਿੱਤਾ ਉਹ 'ਤੇ ਕਲਿੱਕ ਕਰ ਲਿਓ, ਅਤੇ ਉੱਥੇ ਮੇਰਾ ORG ਕੋਡ ਭਰਨਾ ਹੈ। ORG ਕੋਡ ਤੁਹਾਨੂੰ ਮੈਂ ਮੈਸੇਜ ਦੇ ਵਿੱਚ ਵੀ ਭੇਜਿਆ ਹੋਇਆ, ਉਹ ਹੈਗਾ ਜੀ QTPTE। ਅਦਰਵਾਈਜ਼ ਤੁਸੀਂ ਐਂਡਰੋਇਡ ਵਾਸਤੇ ਅਗਰ ਕਰਨੀ ਹੈ ਤਾਂ ਤੁਸੀਂ ਲਿੰਕ 'ਤੇ ਕਲਿੱਕ ਕਰ ਲਿਓ, ਜਾਂ ਫਿਰ ਪਲੇ ਸਟੋਰ ਦੇ ਵਿੱਚ ਜਾ ਕੇ ਤੁਸੀਂ ਸਰਚ ਕਰ ਲਿਓ। ਦੇਖੋ ਜਿਵੇਂ ਆਹ ਸਰਚ ਬਾਰ ਹੁੰਦੀ ਹੈ, ਅਤੇ ਸਰਚ ਕਰਨੀ ਹੈ ਪੋਜ਼ਿਟਿਵ ਵਾਈ ਪੰਜਾਬ। ਸਰਚ ਕਰਨ ਤੋਂ ਬਾਅਦ ਦੇਖੋ ਤੁਹਾਡੇ ਸਾਹਮਣੇ ਇਹ ਐਪ ਦਾ ਇੰਟਰਫੇਸ ਆ ਜਾਊਗਾ। ਤਾਂ ਮੈਂ ਆਲਰੇਡੀ ਇੰਸਟਾਲ ਕੀਤੀ ਹੋਈ ਹੈ, ਮੈਨੂੰ ਓਪਨ ਦੀ ਆਪਸ਼ਨ ਆ ਰਹੀ ਹੈ। ਜੇ ਤੁਸੀਂ ਇੰਸਟਾਲ ਨਹੀਂ ਕੀਤੀ ਹੋਈ, ਤੁਹਾਨੂੰ ਇੰਸਟਾਲ ਦੀ ਆਪਸ਼ਨ ਆਊਗੀ। ਹੁਣ ਦੇਖੋ ਜਦੋਂ ਮੈਂ ਇੰਸਟਾਲ ਕਰ ਲੂੰਗਾ, ਉਸ ਤੋਂ ਬਾਅਦ ਓਪਨ ਦੀ ਆਪਸ਼ਨ ਆ ਜਾਊਗੀ ਮੇਰੇ ਕੋਲੇ। ਮੈਂ ਐਪ ਨੂੰ ਕੀ ਕਰ ਲੂੰਗਾ ਰਾਜੇ, ਓਪਨ ਕਰ ਲੂੰਗਾ। ਜਦੋਂ ਫਸਟ ਟਾਈਮ ਓਪਨ ਕਰੋਗੇ ਤੁਹਾਡੇ ਤੋਂ ਕੀ ਮੰਗੂਗਾ, ਰਜਿਸਟ੍ਰੇਸ਼ਨ ਮੰਗੂਗਾ। ਤੁਸੀਂ ਮੇਲ ਦੇ ਨਾਲ ਵੀ ਕਰ ਸਕਦੇ ਹੋ, ਮੋਬਾਈਲ ਨੰਬਰ ਨਾਲ ਵੀ ਕਰ ਸਕਦੇ ਹੋ। ਤਾਂ ਕੋਸ਼ਿਸ਼ ਕਰਿਓ ਮੋਬਾਈਲ ਨੰਬਰ ਨਾਲ ਕਰ ਲਿਓ, ਕਿਉਂਕਿ ਕਈ ਵਾਰ ਮੇਲ ਆਪਾਂ ਭੁੱਲ ਜਾਂਦੇ ਹਾਂ। ਹੁਣ ਜਿਵੇਂ ਮੰਨ ਲਓ ਇੱਥੇ ਮੈਂ ਕਿਸੇ ਸਟੂਡੈਂਟ ਦੇ ਨੰਬਰ ਨਾਲ ਕਰ ਰਿਹਾ, ਪਲੀਜ਼ ਇਹ ਨੰਬਰ 'ਤੇ ਤੁਸੀਂ ਕਾਲ ਨਾ ਕਰਿਓ। ਕਿਸੇ ਬੱਚੇ ਦਾ ਨੰਬਰ ਹੈ ਜਿਵੇਂ 62809, ਉਸ ਬੱਚੇ ਦਾ ਨੰਬਰ ਹੈ। ਮੈਂ ਇਸ ਨੰਬਰ ਨਾਲ ਕੀ ਕਰ ਰਿਹਾ ਰਾਜੇ, ਇੱਥੇ ਮੈਂ ਨੰਬਰ ਭਰਤਾ। ਨੰਬਰ ਭਰਨ ਤੋਂ ਬਾਅਦ ਮੈਂ ਕੀ ਕਰੂੰਗਾ, ਪ੍ਰੋਸੀਡ ਸਿਕਿਓਰਲੀ। ਤਾਂ ਇੱਥੇ ਮੇਰੇ ਕੋਲ OTP ਆ ਜਾਊਗਾ, ਠੀਕ ਹੈ। OTP ਤੁਹਾਡਾ ਫੋਨ ਆਪਣੇ ਆਪ ਚੱਕ ਲੈਂਦਾ ਹੁੰਦਾ ਰਾਜੇ, ਦੇਖੋ ਚੱਕ ਲਿਆ ਉਹਨੇ ਫੋਨ ਨੇ OTP, ਅਤੇ ਐਪ ਤੁਹਾਡੀ ਚੱਲ ਗਈ ਹੈ, ਠੀਕ ਹੈ। ਅਤੇ ਤੁਹਾਡੇ ਤੋਂ ਨਾਮ ਵੀ ਕਈ ਵਾਰ ਪੁੱਛ ਲੈਂਦਾ, ਕਈ ਵਾਰ ਨਾਮ ਪੁੱਛਦਾ, ਕਈ ਵਾਰ ਨਹੀਂ ਪੁੱਛਦਾ, ਤੁਸੀਂ ਨਾਮ ਵੀ ਆਪਣਾ ਰੱਖ ਸਕਦੇ ਹੋ। ਹੁਣ ਤੁਸੀਂ ਧਿਆਨ ਨਾਲ ਦੇਖੋ, ਤੁਸੀਂ ਰਜਿਸਟਰ ਹੋ ਗਏ ਹੋਵੋਗੇ ਰਾਜੇ, ਇੱਥੇ ਕਲਿੱਕ ਕਰਕੇ ਦੇਖਿਓ। ਤਾਂ ਇਹ ਅੰਗਦ ਵੀਰ ਮੈਂ, ਕਿਉਂਕਿ ਪਹਿਲਾਂ ਕੀਤਾ ਹੋਇਆ ਸੀ ਕਿ ਮੇਰੇ ਤੋਂ ਦੁਬਾਰਾ ਨਾਮ ਨਹੀਂ ਪੁੱਛਿਆ, ਫਸਟ ਟਾਈਮ ਕਰੋਗੇ ਤੁਹਾਡੇ ਤੋਂ ਨਾਮ ਵੀ ਪੁੱਛੂਗਾ। ਤੁਸੀਂ ਨਾਮ ਵੀ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ, ਸ਼ੋਰਟ ਨਾਮ ਰੱਖ ਲਿਓ, ਲੌਂਗ ਨਾਮ ਰੱਖ ਲਿਓ, ਪੂਰਾ ਨਾਮ ਰੱਖ ਲਿਓ, ਤੁਹਾਡੀ ਮਰਜ਼ੀ ਹੈ। ਜਦੋਂ ਐਪ ਇੱਕ ਵਾਰ ਇੰਸਟਾਲ ਹੋ ਗਈ ਤੁਹਾਡੀ ਪ੍ਰੋਪਰਲੀ, ਤੁਸੀਂ ਕਿੱਥੇ ਜਾਣਾ ਰਾਜੇ, ਦੇਖੋ ਸਟੋਰ ਆਪਸ਼ਨ ਦੇ ਵਿੱਚ ਜਾਣਾ। ਕੋਈ ਵੀ ਬੈਚ ਖਰੀਦਣਾ ਤਾਂ ਸਟੋਰ ਆਪਸ਼ਨ ਦੇ ਵਿੱਚ ਜਾਣਾ। ਸਟੋਰ ਆਪਸ਼ਨ ਦੇ ਵਿੱਚ ਕੀ ਆਪਣੇ ਸਾਰੇ ਬੈਚ ਪਏ ਹੁੰਦੇ ਆ। ਆਹ ਦੇਖੋ ਜਿਵੇਂ ਹੁਣ ਮੈਂ ਪੰਜਾਬੀ ਦੀ ਗੱਲ ਕਰਦਾ, ਆਹ ਪੰਜਾਬੀ ਦਾ ਬੈਚ ਪਿਆ, ਇਹ ਆ ਰੇਟ ਹੈਗਾ ਦੇਖੋ 500 ਰੁਪਿਆ। ਕਲਰਕ IT ਦਾ ਬੈਚ ਪਿਆ, ਪੰਜਾਬ GK ਦਾ ਬੈਚ ਪਿਆ, ਕੰਪਿਊਟਰ ਦਾ ਮਾਸਟਰ ਕੋਰਸ ਪਿਆ, ਇਹ ਸਾਰੇ ਬੈਚ ਤੁਹਾਨੂੰ ਇੱਥੇ ਮਿਲ ਜਾਣਗੇ, ਠੀਕ ਹੈ। ਸਾਰੇ ਬੈਚ ਕੀ ਆ, ਦੇਖੋ ਸਾਰੇ ਦੇਖਣੇ ਹੋਣ ਤਾਂ ਵਿਊ ਆਲ ਕੋਰਸ 'ਤੇ ਕਰ ਲਿਆ ਕਰੋ, ਸਾਰੇ ਦਿਖ ਜਾਣਗੇ ਤੁਹਾਨੂੰ, ਠੀਕ ਹੈ ਜੀ। ਇਹ ਸਾਰੇ ਆਪਾਂ ਕੀ ਕਰ ਸਕਦੇ ਹਾਂ, ਦੇਖ ਸਕਦੇ ਹਾਂ ਬੈਚ ਜਿੰਨੇ ਵੀ ਆਪਣੇ ਹੈਗੇ ਆ। ਸਪੋਜ਼ ਹੁਣ ਮੈਂ ਕੋਈ ਬੈਚ ਖਰੀਦਣਾ, ਕਿਵੇਂ ਖਰੀਦ ਸਕਦੇ ਹਾਂ। ਮੰਨ ਲਓ ਮੈਂ ਦੇਖੋ ਆਹ ਪੰਜਾਬੀ ਗ੍ਰਾਮਰ ਦਾ ਹੀ ਖਰੀਦਣਾ, ਸਾਰੇ ਬੈਚ ਇੱਕੋ ਤਰੀਕੇ ਨਾਲ ਖਰੀਦ ਸਕਦੇ ਹਾਂ। ਮੈਂ ਤੁਹਾਨੂੰ ਐਗਜ਼ਾਮਪਲ ਦੇ ਤੌਰ 'ਤੇ ਦੱਸ ਰਿਹਾ। ਮੰਨ ਲਓ ਮੈਂ ਪੰਜਾਬੀ ਵਿਆਕਰਨ ਦਾ ਬੈਚ ਖਰੀਦਣਾ, ਮੈਂ ਇੱਥੇ ਕਲਿੱਕ ਕਰੂੰਗਾ, ਇਹਦੇ ਵਿੱਚ ਮੇਰਾ ਡੈਮੋ ਵਗੈਰਾ ਵੀ ਪਿਆ ਹੁੰਦਾ ਰਾਜੇ, ਤੁਸੀਂ ਡੈਮੋ ਵੀ ਦੇਖ ਸਕਦੇ ਹੋ। ਦੇਖੋ ਡੈਮੋ PDF ਹੈਗੀ ਹੈ, ਡੈਮੋ ਵੀ ਦੇਖ ਸਕਦੇ ਹੋ। ਅਗਰ ਖਰੀਦਣਾ ਦੇਖੋ ਤਾਂ ਤੁਸੀਂ ਕੀ ਕਰਨਾ, ਦੇਖੋ ਬਾਏ ਨਾਓ, ਬਾਏ ਨਾਓ ਦੀ ਆਪਸ਼ਨ ਆ ਰਹੀ ਹੈ, ਬਾਏ ਨਾਓ ਦੀ ਆਪਸ਼ਨ 'ਤੇ ਤੁਸੀਂ ਕਲਿੱਕ ਕਰਨਾ। ਤਾਂ ਇਹਦੇ ਵਿੱਚ ਤੁਸੀਂ ਸਟੇਟ ਭਰ ਸਕਦੇ ਹੋ, ਜੋ ਮਰਜ਼ੀ ਭਰ ਦਿਓ, ਪੰਜਾਬ ਭਰ ਦਿਓ, ਨਹੀਂ ਭਰਨਾ ਤਾਂ ਦੇਖੋ ਅਦਰ ਦੇ ਵਿੱਚ ਜਾ ਕੇ ਤੁਸੀਂ ਕਰ ਦਿਓ ਸੇਵ, ਪ੍ਰੋਸੀਡ ਟੂ ਪੇਮੈਂਟ ਕਰ ਦਿਓ। ਪ੍ਰੋਸੀਡ ਟੂ ਪੇਮੈਂਟ ਜਦੋਂ ਮੈਂ ਕਰੂੰਗਾ ਤਾਂ ਕਿੱਥੇ ਜਾਊਗਾ ਰਾਜੇ, ਇਹ ਪੇਮੈਂਟ ਵਾਲੀ 'ਤੇ ਇੰਟਰਫੇਸ 'ਤੇ ਚਲਾ ਜਾਊਗਾ। ਆ ਦੇਖੋ ਲੋਡਿੰਗ ਲਊਗਾ ਥੋੜ੍ਹੀ ਜੀ, ਇਹ ਚਲਾ ਜਾਊਗਾ ਪੇਮੈਂਟ ਉੱਪਰ। ਹੁਣ ਦੇਖੋ ਇੱਥੇ ਕਈ ਬੱਚੇ ਮੋਬਾਈਲ ਨੰਬਰ ਭਰ ਦਿੰਦੇ ਰਾਜੇ, ਇੱਥੇ ਈਮੇਲ ID ਭਰਨੀ ਹੈ, ਇੱਥੇ ਭਰਨੀ ਜ਼ਰੂਰੀ ਹੈ। ਕਿਉਂ, ਜੇ ਤੁਸੀਂ ਨਹੀਂ ਭਰਦੇ, ਮੰਨ ਲਓ ਕੱਲ੍ਹ ਨੂੰ ਤੁਹਾਡੀ ਪੇਮੈਂਟ ਫੇਲਡ ਹੋ ਜਾਂਦੀ ਹੈ, ਕਈ ਵਾਰੀ ਕੀ ਹੁੰਦਾ ਕੰਪਨੀ ਕੋਲ ਪੈਸਾ ਪਹੁੰਚਦਾ ਨਹੀਂ ਗਾ, ਤੁਹਾਡੇ ਅਕਾਊਂਟ 'ਚੋਂ ਕੱਟਿਆ ਜਾਂਦਾ, ਪਰ ਉਹ ਰਿਫੰਡ ਹੋ ਜਾਂਦਾ ਬੈਂਕ ਵੱਲੋਂ 24 ਆਵਰ ਦੇ ਵਿੱਚ। ਤੁਹਾਨੂੰ ਨਾਲ ਦੇ ਨਾਲ ਮੇਲ ਆ ਜਾਊਗੀ, ਤੁਹਾਡਾ ਸਕਸੈਸ ਹੋਇਆ ਜਾਂ ਫਿਰ ਰਿਫੰਡ ਹੋਇਆ। ਤਾਂ ਇੱਥੇ ਮੰਨ ਲਓ ਮੈਂ ਈਮੇਲ ID ਭਰ ਸਕਦਾ ਆਪਣੀ। ਈਮੇਲ ID ਭਰਨ ਤੋਂ ਬਾਅਦ ਕੀ ਕਰੂੰਗਾ, ਮੰਨ ਲਓ ਮੈਂ ਇੱਥੇ ਈਮੇਲ ID ਭਰ ਦਿੰਦਾ ਆਪਣੀ, ਕੋਈ ਵੀ ID ਭਰ ਦਿਓ, ਮੈਂ ਭਰ ਰਿਹਾ ਜਿਵੇਂ ਮੰਨ ਲਓ ਮੈਂ ਵੈਸੇ ਹੀ ਭਰ ਰਿਹਾ, ਠੀਕ ਹੈ, ਆਪਦੀ ਭਰ ਦਿੰਦਾ। ਇੱਕ ਸੈਕਿੰਡ ਬਸ ਵੇਟ ਕਰਿਓ, ਮੈਂ ਕੋਈ ਈਮੇਲ ID ਭਰ ਦਿੰਦਾ ਇੱਥੇ, ਠੀਕ ਹੈ ਜੀ। ਇਸ ਭਰਨ ਤੋਂ ਬਾਅਦ ਕੀ ਕਰੂੰਗਾ ਜੀ, ਮੈਂ ਅੱਗੇ ਫਰਦਰ ਪ੍ਰੋਸੀਡ ਕਰੂੰਗਾ। ਮੰਨ ਲਓ ਮੈਂ ਇੱਥੇ ਈਮੇਲ ID ਭਰਤੀ, ਠੀਕ ਹੈ ਜੀ, ਜੀਮੇਲ ਸਹੀ ਨਹੀਂ ਪਾਇਆ, ਠੀਕ ਹੈ, ਇਹ ਮੈਂ ਭਰਤੀ, ਠੀਕ ਹੈ, ਈਮੇਲ ID। ਭਰਨ ਤੋਂ ਬਾਅਦ ਕੀ ਕਰਨਾ ਤੁਸੀਂ ਰਾਜੇ, ਪ੍ਰੋਸੀਡ 'ਤੇ ਜਾਣਾ ਹੈ। ਪ੍ਰੋਸੀਡ 'ਤੇ ਕਲਿੱਕ ਕਰੋਗੇ ਤਾਂ ਦੇਖੋ, ਤੁਹਾਨੂੰ ਕਈ ਬੱਚੇ ਪੁੱਛਦੇ ਸਰ ਜੀ ਗੂਗਲ ਪੇ ਕਰ ਸਕਦੇ ਹਾਂ, ਕੀ ਕਰ ਸਕਦੇ ਹਾਂ। ਤਾਂ ਦੇਖੋ ਤੁਸੀਂ ਗੂਗਲ ਪੇ ਕਰ ਸਕਦੇ ਹੋ, ਜੋ ਮਰਜ਼ੀ ਕਰ ਸਕਦੇ ਹੋ, ਠੀਕ ਹੈ। ਗੂਗਲ ਪੇ ਕਰ ਲਿਓ, ਕਾਰਡ ਤੋਂ ਕਰ ਲਿਓ, ਪੇਟੀਐਮ ਤੋਂ ਕਰ ਲਿਓ, ਨੈੱਟ ਬੈਂਕਿੰਗ ਤੋਂ ਕਰ ਲਿਓ, ਠੀਕ ਹੈ। ਹੁਣ ਕਈ ਬੱਚਿਆਂ ਦਾ ਕੁਐਸਚਨ ਹੁੰਦਾ ਕਿ ਸਰ ਅਸੀਂ ਕਿਸੇ ਹੋਰ ਦੇ ਨੰਬਰ ਤੋਂ ਕਰਾਉਣੀ ਹੈ ਪੇਮੈਂਟ। ਤਾਂ ਜਿਹੜੇ ਬੇਟਾ ਜਿਹੜੇ ਨੰਬਰ
ठीक है, उसका प्रोसीजर वखरा हुंदा है, उसके विच दो तीन घंटे टाइम लगता है, इसके विच नाल दी नाल तुसी बैच खरीद सकते हो। आई होप तुहानू समझ आ गया होगा, जे कुछ नहीं समझ लगती तुसी बैच एवें नहीं खरीदना गा, मैनू पुछ के खरीदना है। कई बार की हुंदा बच्चा खरीद लैंदा गलत बैच खरीद लैंदा, फिर उस स्वैप करवाउणा पैंदा, बहुत टाइम लगता है। ठीक है, तो यह तुहानू सारी समझ लग गई होगी राजे, इस तरह आपां बैच खरीद सकते हैं। जो बैच खरीद लाँगे जिहड़ा कंटेंट हुंदा अपना वह की हो जाता अनलॉक हो जाता है। हुण मान लो देखो मैं अगर इस विच देखूंगा इस बैच के जाना तो देखो बाकी सारा जो कंटेंट होंगे वो की होगा राजे अपना लॉक होगा। आ देखो कंटेंट ऑप्शन से जावे तो बाकी सारे जो डेमो होगी वो दिख रही है, बाकी आपको की लिखूगा लॉक दिखूगा। देखो ये लॉक है, क्यों? क्योंकि आप अजे खरीदया नहीं गा, जो आप खरीद लाँगे की हो जाऊगा अनलॉक हो जाऊगा। तो इस तरह आप बैच देख सकते हैं, बाकी डेमो देखनी है जी, आप डेमो देख सकते हैं। जिम्मे मान लो मैं इतने क्लिक कर दें, इस तरह का मेरे को बैच होगा, इस तरह के मेरे क्वेश्चन होने आ डेमो दिती हुई है। ठीक है, ये डेमो है सारी, ओके है जी। इस तरह थोड़ू ऐप के पढ़ सकते हो, ऑनलाइन ही पढ़ना पड़ेगा, हर एक बैच अपना ऑनलाइन होंगे। शुक्रिया जी, धन्यवाद। जो कुछ ना पता लगी पूछ लियो।